ਅਤੇ ਗਿੱਪੀ ਵੀਰੇ ਇੱਕ ਨਾ ਬੜੀ ਇੰਪੋਰਟੈਂਟ ਚੀਜ਼ ਜਿਹੜੀ ਜਿਵੇਂ ਪਰਵਰਿਸ਼ ਦੀ ਗੱਲ ਆਪਾਂ ਕਰ ਰਹੇ ਸੀ ਨਾ, ਇਹ ਬੜਾ ਸਿੰਪਲ ਡਿਫਰੈਂਸੀਏਸ਼ਨ ਹੈ, ਇਹ ਅਮੀਰਾਂ ਦੇ ਬੱਚੇ ਗਰੀਬਾਂ ਦੇ ਬੱਚੇ, ਹੈ ਨਾ, ਆਪਾਂ ਕਹਿ ਦਿੰਦੇ ਹਾਂ ਵਰਡ। ਸਭ ਤੋਂ ਜ਼ਿਆਦਾ ਨਾ ਇੱਕ ਚੀਜ਼ ਦੇਖੀ ਜਾਂਦੀ ਹੈ ਕਿ ਨਾ ਜਦ ਜਿਨ੍ਹਾਂ ਕੋਲ ਪੈਸਾ ਹੁੰਦਾ ਹੈ ਉਹ ਕਈ ਵਾਰ ਨਾ ਆਪਣੇ ਬੱਚਿਆਂ ਨੂੰ ਪੈਸੇ ਦੀ ਅਹਿਮੀਅਤ ਨਹੀਂ ਸਮਝਾ ਪਾਉਂਦੇ, ਹੈ ਨਾ। ਅਤੇ ਮੈਂ ਬਹੁਤ ਲਾਈਕ ਆਪਾਂ ਆਪਣਾ ਕੰਮ ਹੀ ਹੈ ਕਿ ਆਪਾਂ ਇਵੈਂਟਸ 'ਤੇ ਜਾਂਦੇ ਹਾਂ, ਆਪਾਂ ਦੇਖਦੇ ਹਾਂ ਕਿ ਸੁਪਰ ਰਿਚ ਦੇ ਕਿਸੇ ਦੇ ਬੱਚਾ ਆ ਰਿਹਾ, ਉਹ ਕਿਵੇਂ ਆਪਣੇ ਈਵਨ ਹਾਊਸ ਹੈਲਪ ਨੂੰ ਟ੍ਰੀਟ ਕਰ ਰਿਹਾ ਜਾਂ ਕਿਵੇਂ ਉਹ ਕਰ ਰਿਹਾ, ਹੈ ਨਾ। ਲਾਈਕ ਆਈ ਹੈਵ ਸੀਨ ਦੈਟ ਐਟੀਕੇਟਸ ਕਿ ਬਹੁਤ ਚੰਗੇ ਐਟੀਕੇਟਸ ਤੁਹਾਡੇ ਬੱਚਿਆਂ ਦੇ ਵਿੱਚ, ਲਾਈਕ ਗੋਡ ਗ੍ਰੇਸ ਤੁਸੀਂ ਬਹੁਤ ਰਿਚ ਹੋ। ਕਿੱਥੋਂ ਆਉਂਦਾ ਹੈ ਇਹ ਇਹ ਪਰਵਰਿਸ਼ ਕਿਵੇਂ, ਇਹ 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 ਕਿਵੇਂ ਸਿਖਾਉਣ, ਕਿਉਂਕਿ ਥੋੜ੍ਹਾ ਜਿਹਾ ਪੈਸਾ ਆਇਆ ਨਹੀਂ, ਬੱਚੇ ਬਹੁਤ, ਜਿਹਨੂੰ ਆਪਾਂ ਕਹਿੰਦੇ ਨਹੀਂ ਅਮੀਰ ਬਾਪ ਕੀ ਵਿਗੜੀ ਔਲਾਦ। ਐਕਚੁਅਲੀ ਮੈਂ ਤੁਹਾਨੂੰ ਇਹ ਚੀਜ਼ਾਂ ਉਹ ਹੈਗੀਆਂ, ਇਹ ਇਹ ਰੋਂਗ ਗੱਲ ਆ ਭਾਈ। ਜਿਹੜੇ ਆਪਾਂ ਮਾਤੜ ਫੈਮਲੀਆਂ ਨੂੰ ਮੁੰਡੇ ਬਿਲੋਂਗ ਕਰਦੇ ਹਾਂ ਆਪਾਂ, ਇੱਥੇ ਆਪਣੇ ਆਪਣੇ ਫੈਮਲੀਆਂ ਦੇ ਵਿੱਚ ਅਸੀਂ ਕਿਹੜਾ ਕੋਈ ਉਹ ਸੀਗੇ, ਸਾਡੇ ਮਾਂ ਬਾਪ ਕੋਲ ਕਿਹੜਾ ਬਹੁਤ ਪੈਸਾ ਸੀਗਾ, ਜਾਂ ਹੋਰ ਸਾਡੇ ਸਰਕਲ ਦੇ ਵਿੱਚ ਬਥੇਰੇ ਵਿਗੜੇ ਨੇ ਉਹਨਾਂ 'ਚੋਂ, ਠੀਕ ਆ। ਮੈਂ ਕਈਆਂ ਦੇ ਨਾਲੋਂ ਘਰੋਂ ਠੀਕ ਸੀਗਾ, ਮੇਰੇ ਨਾਲ ਦੇ ਕਈਆਂ ਦੇ ਹਾਲਾਤ ਠੀਕ ਨਹੀਂ ਸੀਗੇ, ਬੱਚੇ ਵੀ ਨਹੀਂ ਠੀਕ ਨਿਕਲੇ, ਉਹ ਉਦੋਂ ਵੀ ਵਿਗੜੇ ਹੋਏ ਸੀਗੇ ਪੁੱਠੇ ਸਿੱਧੇ ਕੰਮਾਂ 'ਚ। ਇਹ ਚੀਜ਼ਾਂ ਨਹੀਂ ਹੈਗੀਆਂ, ਇਹ ਡਿਪੈਂਡ ਕਰਦਾ ਬੱਚੇ ਟੂ ਬੱਚੇ 'ਤੇ, ਪੇਰੈਂਟਿੰਗ ਦੇ ਉੱਤੇ। ਮੈਂ ਉਹੀ ਪੇਰੈਂਟਿੰਗ ਦੀ ਪਰਵਰਿਸ਼ ਦੀ ਗੱਲ ਆ ਗਈ ਨਾ, ਹੋਰ ਚੀਜ਼ ਨਹੀਂ ਗੀ, ਇਹ ਨਹੀਂ ਗਾ ਵੀ ਬਹੁਤ ਹੁਣ ਆਇਆ ਤਾਂ ਕਿੰਨੇ ਬੰਦਿਆਂ ਦੇ ਬੱਚੇ ਨੇ ਅੱਜ, ਕਈ ਸਟਾਰਾਂ ਦੇ ਅੱਜ ਲੋਕ ਕਹਿੰਦੇ ਆ ਜੀ, ਜਿਵੇਂ ਰਿਸ਼ੀ ਕਪੂਰ ਜੀ ਦਾ ਬੇਟਾ ਰਣਬੀਰ ਕਪੂਰ ਹੈ, ਉਹ ਕਿੰਨਾ ਟੈਲੈਂਟਡ ਬੱਚਾ ਹੈ ਔਰ ਕੰਮ ਵਧੀਆ ਕਰ ਰਿਹਾ, ਸਭ ਕੁਛ ਕਰ ਰਿਹਾ ਚੀਜ਼ਾਂ, ਉਹਨਾਂ ਕੋਲ ਕਿਹੜਾ ਪੈਸਾ ਨਹੀਂ ਸੀਗਾ। ਆਪਾਂ ਕੁਛ ਰੇਅਰ ਨੂੰ ਆਪਾਂ ਐਗਜ਼ਾਮਪਲ ਬਣਾ ਲੈਂਦੇ ਹਾਂ, ਅਤੇ ਫਿਰ ਕੀ ਹੈ ਕਿ ਕਈ ਇਹ ਟੈਗ ਉੱਦਾਂ ਹੀ ਹੈਗੇ ਨੇ ਬਣੇ ਹੋਏ ਵੀ ਆਹ ਚੀਜ਼ ਇੱਦਾਂ ਆ, ਉਹ ਚੀਜ਼ ਉੱਦਾਂ, ਜ਼ਰੂਰੀ ਨਹੀਂ ਇਹ ਚੀਜ਼ ਮੇਲਾ ਤਾਂ ਵਿਗੜ, ਬੰਦਾ ਕਿਸੇ ਵੀ ਹਾਲਾਤਾਂ 'ਚ ਸਕਦਾ ਵਾ। ਇਹ ਥੋੜ੍ਹੀ ਆ ਜਿਹੜੀ ਸ਼ਰਾਬ ਗਵਾ ਵਾ, ਸ਼ਰਾਬਾਂ ਪੀਂਦੇ ਆ ਜਾਂ ਨਸ਼ੇ ਕਰਦੇ ਆ, ਇਹ ਜਿੰਨੇ ਅਮੀਰਾਂ ਦੇ ਕਰੀ ਜਾਂਦੇ ਨੇ ਉਨੇ ਗਰੀਬਾਂ ਦੇ ਵੀ ਕਰੀ ਜਾਂਦੇ ਆ, ਪਿੰਡਾਂ ਪਿੰਡਾਂ 'ਚ ਥਾਂ ਥਾਂ। ਬਟ ਜਦ ਆਪਾਂ ਮੋਸਟਲੀ ਬੱਚਿਆਂ 'ਚ ਗੱਲ ਕਰਦੇ ਨਾ, ਬੱਚਿਆਂ 'ਚ ਜਿਹੜੀ ਕਹਿੰਦੇ ਨਾ ਕਿ ਅਕਲ ਹੋਣੀ, ਹਾਂਜੀ, ਕਿ ਉਸ ਚੀਜ਼ ਦੀ ਅਕਲ ਹੋਣੀ, ਉਹ ਕਈ ਵਾਰੀ ਬਹੁਤ ਘੱਟ ਦਿਖਦੀ ਹੈ। ਉਹ ਐਥਿਕਸ, ਉਹ ਚੀਜ਼ਾਂ ਤਾਂ ਪੇਰੈਂਟਿੰਗ, ਪੇਰੈਂਟਸ ਤੁਸੀਂ ਕਿੰਨਾ ਟਾਈਮ ਦਿੰਦੇ ਹੋ ਬੱਚਿਆਂ ਨੂੰ, ਕੀ ਸਿਖਾਉਂਦੇ ਹੋ, ਕਿੱਥੇ ਉਹਨਾਂ ਦੀ ਸਕੂਲਿੰਗ ਆ, ਟੀਚਰ ਕਿਹੋ ਜਿਹੇ ਮਿਲਦੇ ਆ, ਕਈ ਕਿਸਮਤ ਨਾਲ ਵੀ ਚੀਜ਼ਾਂ ਹੁੰਦੀਆਂ ਨੇ, ਆਲਾ ਦੁਆਲਾ ਕਿਹੋ ਜਿਹਾ ਮਿਲ ਗਿਆ, ਚਾਚੇ ਤਾਏ ਕਿਹੋ ਜਿਹੇ ਮਿਲ ਗਏ, ਬੱਚੇ ਦਾ ਜਿਹੜਾ ਸਰਕਲ ਆ, ਕਈ ਬੱਚਿਆਂ ਦੇ ਆਪਾਂ ਮਿਲਦੇ ਹਾਂ ਉਹ ਖੁੱਲ੍ਹ ਕੇ ਤੁਹਾਨੂੰ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਉਂਦੇ ਹੈਗੇ, ਉਹ ਸ਼ਾਏ ਬਹੁਤ ਹੁੰਦੇ ਆ। ਉਹਦਾ ਰੀਜ਼ਨ ਕੀ ਹੁੰਦਾ ਵਾ ਕਿ ਉਹਨਾਂ ਦੇ ਮਾਂ ਬਾਪ ਨੇ ਉਹਨਾਂ ਨੂੰ ਬਾਹਰ ਹੀ ਨਹੀਂ ਕੱਢਿਆ ਹੁੰਦਾ, ਸਾਡੇ ਦੋ ਤਿੰਨ ਫਰੈਂਡਲੀ ਸਰਕਲ ਦੇ ਵਿੱਚ ਹੈਗੇ ਨੇ, ਬਾਹਰ ਰਹਿੰਦੇ ਨੇ, ਉਹਨਾਂ ਦੇ ਬੱਚੇ ਸਾਡੇ ਕੋਲ ਆਉਂਦੇ ਹੀ ਨਹੀਂ, ਬਿਲਕੁਲ ਹੀ ਨਹੀਂ ਆਉਂਦੇ, ਜਦਕਿ ਅਸੀਂ ਇਕੱਠੇ ਹੁੰਦੇ ਹਾਂ ਸਾਲ 'ਚ 3-4 ਵਾਰੀ ਹੁੰਦੇ ਹਾਂ, ਹੋਰਾਂ ਕੋਲ ਵੀ ਨਹੀਂ ਜਾਂਦੇ, ਉੱਥੇ ਲੋਕਲ ਕੋਲ ਵੀ ਨਹੀਂ ਜਾਂਦੇ, ਉਹਨਾਂ ਦਾ ਕੀ ਹੈ ਜਾਂ ਉਹਨਾਂ ਕੋਲ ਜਾਂਦੇ ਆ, ਜਾਂ ਜਿਹੜੀ ਉਹਨਾਂ ਨੇ ਕੋਈ ਮੇਡ ਰੱਖੀ ਹੋਈ ਆ ਜਾਂ ਸਰਵੈਂਟ ਰੱਖਿਆ ਉਹਦੇ ਕੋਲ ਹੀ ਜਾਂਦੇ ਨੇ, ਉਹਨਾਂ ਤੋਂ ਰੋਟੀ ਖਾਂਦੇ ਨੇ, ਅਤੇ ਉਹਨਾਂ ਕੋਲ ਜਾਂਦੇ ਆ, ਦੂਜੇ ਨਾਲ ਤੁਸੀਂ ਖੇਡੀ ਜਾਣਗੇ ਉੱਥੇ, ਪਰ ਇਹ ਨੇੜੇ ਜਾ ਕੇ ਐਂ ਕਰ ਲਓ, ਰੋਣ ਲੱਗਦੇ ਹੈ ਨਾ।